ਸਮਾਲੀਆ ਦੇ ਨੇੜੇ ਜਿਹੜੀਆਂ ਦੁਕਾਨਾਂ ਫਲਾਂ ਫਰੂਟਸ ਦੀਆਂ ਇਹੋ ਜਿਹੀਆਂ ਹੁੰਦੀਆਂ, ਆਪਣੇ ਵਾਲੇ ਸਾਰੇ ਫਲ ਮਿਲਦੇ ਆ ਇੱਥੇ, ਅੰਬ ਤੋਂ ਲੈ ਕੇ ਅਤੇ ਬਨਾਨਾਸ ਹੋ ਗਏ, ਸੰਤਰੇ ਹੋ ਗਏ ਅਤੇ ਸੇਬ ਹੋ ਗਏ, ਐਵਾਕਾਡੋ ਵੀ ਹੋ ਗਏ। ਐਵਾਕਾਡੋ ਤਾਂ ਬਹੁਤ ਸਸਤਾ ਇੱਥੇ, ਅਤੇ ਇਹੋ ਜਿਹਾ ਸ਼ਹਿਰ ਦਾ ਆਲਾ ਦੁਆਲਾ ਹੈਗਾ ਜੁਗਲ ਹੋਸਪਿਟਲ। ਜਿਹੜਾ ਇਹ ਪੁਰਾਣਾ ਸ਼ਹਿਰ ਹੈ ਨਾ, ਪੁਰਾਣੇ ਓਲਡ ਟਾਊਨ ਨੂੰ ਸਾਰਿਆਂ ਨੂੰ ਜੁਗਲ ਕਿਹਾ ਜਾਂਦਾ ਹੈਗਾ, ਅਤੇ ਹੁਣ ਅਸੀਂ ਜੁਗਲ ਦੇ ਨੇੜੇ ਹਾਂ। ਮੋਸਟਲੀ ਇਸਲਾਮ ਰਿਲੀਜਨ ਫੋਲੋ ਕੀਤਾ ਜਾਂਦਾ ਇੱਥੇ, ਆਹ ਚਰਚ ਆ ਬਹੁਤ ਵੱਡੀ ਇੱਕ ਇੱਥੇ। ਅਤੇ ਹੁਣ ਤੁਹਾਨੂੰ ਇੱਧਰਲੇ ਪਾਸੇ ਸਾਰਾ ਇਹ ਸ਼ਹਿਰ ਦਾ ਇੱਥੋਂ ਦਾ ਆਲਾ ਦੁਆਲਾ ਲੋਕਾਂ ਦਾ ਦਿਖਾਉਂਦੇ ਹਾਂ। ਅਸੀਂ ਚੱਲੇ ਹਾਂ ਅਸਲ 'ਚ ਇੱਕ ਮਾਰਕੀਟ 'ਚ, ਅਤੇ ਜਿੱਥੋਂ ਜਿੰਨਾ ਸਾਰਾ ਸਮਾਲੀਆਂ ਦੇ ਲੁਟੇਰਿਆਂ ਦਾ ਸਮਾਨ ਹੈ ਉਹ ਇੱਥੇ ਪਹੁੰਚਦਾ ਹੈਗਾ। ਅਤੇ ਇਥੋਪੀਆ 'ਚ, ਇਥੋਪੀਆ ਦਾ ਹਰਰ ਟਾਊਨ ਹੈ, ਇਹ ਹਰਰ ਟਾਊਨ 'ਚ ਉਹ ਕਿਵੇਂ ਆਉਂਦਾ, ਕਿਹੋ ਜਿਹਾ ਅਤੇ ਕਿਵੇਂ ਵਿਕਦਾ ਉਹ ਸਾਰਾ ਅਸੀਂ ਤੁਹਾਨੂੰ ਦਿਖਾਉਣਾ ਹੈਗਾ। ਇੱਥੋਂ ਦੇ ਲੋਕਾਂ ਦਾ ਜਿਹੜਾ ਟ੍ਰੈਡੀਸ਼ਨਲ ਪਹਿਰਾਵਾ ਉਹ ਇਹੋ ਜਿਹਾ ਜਿਹੜਾ ਸਾਹਮਣੇ ਲੋਕਾਂ ਨੇ ਪਾਇਆ ਹੋਇਆ ਹੈਗਾ। ਸਲਾਮ ਸਲਾਮ, ਅਤੇ ਉਹ ਇਹੋ ਜਿਹਾ ਪਹਿਰਾਵਾ ਜਿਹੜੇ ਲੋਕ ਪਾ ਕੇ ਰੱਖਦੇ ਆ। ਬੜੀ ਆ ਰੀਝ ਸੀਗੀ, ਮਤਲਬ ਸਮਾਲੀਆ ਦਾ ਕਲਚਰ ਦੇਖਣ ਦੀ, ਸਮਾਲੀਆ ਦਾ ਆਲਾ ਦੁਆਲਾ ਦੇਖਣ ਦੀ। ਹਜੇ ਸਮਾਲੀਆ ਦਾ ਪਤਾ ਨਹੀਂ ਕਦੋਂ ਗੇੜਾ ਵੱਜੂਗਾ, ਕਦੋਂ ਦਾਣਾ ਪਾਣੀ ਲਿਖੇਊ, ਕਦੋਂ ਜਾਵਾਂਗੇ, ਪਰ ਉਹਨਾਂ ਦਾ ਜਿਹੜਾ ਕਲਚਰ ਹੈ ਆਲਾ ਦੁਆਲਾ ਉਹ ਦੇਖ ਲਿਆ। ਸਲਾਮ ਨਮਸਤੇ ਨਮਸਤੇ। ਇਹ ਕੌਫੀ, ਇਹ ਕੌਫੀ ਦੇ ਬੀਨਸ ਹੈ, ਕੌਫੀ ਭੁੰਨ ਭੁੰਨ ਇਹ ਖਾਂਦੇ ਆ ਇਹਨਾਂ ਦੇ ਖਾਣਾ ਦਾਣਾ। ਇਹ ਦੇਖੋ ਇਹ ਕੋਲਿਆਂ ਦੇ ਭੁੰਨੀ ਜਾਂਦੀ ਕੌਫੀ ਦੇ ਬੀ ਹੈ ਪੂਰੇ ਹਰਰ ਟਾਊਨ 'ਚ ਇਥੋਪੀਆ 'ਚ। ਸਲਾਮ, ਅਤੇ ਇਸ ਤਰ੍ਹਾਂ ਦਾ ਖਾਧਾ ਪੀਤਾ ਜਾਂਦਾ ਹੈ। ਅਰਬੀ ਇੱਥੇ ਸਭ ਤੋਂ ਵੱਧ ਬੋਲੀ ਜਾਂਦੀ ਹੈ। ਸਲਾਮ ਸ਼ੁਕਰਾਨ, ਦੋ ਹੀ ਸ਼ਬਦ ਆ ਜਿਹੜੇ ਸਾਨੂੰ ਸਭ ਤੋਂ ਵੱਧ ਇਸ ਸ਼ਹਿਰ 'ਚ ਅਸੀਂ ਵਰਤ ਰਹੇ ਹਾਂ। ਸਾਰੇ ਲੋਕਾਂ ਨਾਲ ਹਿੰਦੀ ਹਿੰਦੀ ਹਿੰਦੀ, ਸਾਰੇ ਲੋਕਾਂ ਨਾਲ ਕੰਮ ਚੱਲੇ ਜਾਂਦਾ ਸਿਰਫ ਦੋ ਸ਼ਬਦਾਂ ਨਾਲ। ਜਾਂਦੇ ਹੋਏ ਸਲਾਮ ਕਰਦੇ ਪੰਜਾਬੀ, ਯੈਸ ਹਿੰਦੂਸ ਪੰਜਾਬੀ, ਯਾ ਫਾਈਨ, ਯਾ ਅਰਬੀ, ਯੂ ਆਰ ਸਪੀਕਿੰਗ ਅਰਬੀ? ਅਰਬੀ ਨੋ, ਅਰਬੀ ਓਨਲੀ ਸ਼ੁਕਰਾਨ ਔਰ ਖਲੀ ਬਲੀ। ਸ਼ੁਕਰਾਨ ਸ਼ੁਕਰਾਨ, ਥੈਂਕ ਯੂ ਥੈਂਕ ਯੂ ਥੈਂਕ ਯੂ। ਵੇਅਰ ਯੂ ਫਰਮ? ਹੇਅਰ ਹੇਅਰ ਹੇਅਰ। ਓਕੇ, ਹਾਊ ਯੂ ਨੋ ਆਮ ਪੰਜਾਬੀ? No, I live to Saudi Arabia. You live to Saudi Arabia? Yeah. ਬੜੇ ਲੋਕ ਇੱਥੋਂ ਦੇ ਬਾਹਰ ਜਿਹੜੇ ਗਲਫ ਕੰਟਰੀਜ਼ ਆ ਉੱਥੇ ਕੰਮ ਕਰਦੇ, ਤਾਂ ਕਰਕੇ ਇਹਨਾਂ ਨੂੰ ਪਛਾਣ ਰਹਿੰਦੀ ਹੈ। ਓਕੇ ਸ਼ੁਕਰਾਨ, ਥੈਂਕ ਯੂ ਥੈਂਕ ਯੂ। ਪਹਿਲੀ ਵਾਰੀ ਦੇਖਿਆ ਕਾਲਾ ਆਟੋ ਇੰਡੀਆ ਨਾਲ ਦਾ, ਕਾਲਾ ਅਤੇ ਪੀਲਾ ਹੁੰਦਾ ਇੰਡੀਆ 'ਚ ਯਾਰ। ਨਾ ਸੱਚੀ ਦਿਲ ਖੁਸ਼ ਹੋ ਗਿਆ ਇਹ ਇੱਥੇ ਆ ਕੇ, ਮਤਲਬ ਇਹ ਟਾਊਨ 'ਚ ਆ ਕੇ, ਅਤੇ ਕਮਾਲ ਦਾ ਦੇਖਣ ਵਾਲਾ, ਮਸਟ ਵਿਜ਼ਿਟ ਹੈ। ਮੈਂ ਤਾਂ ਇਥੋਪੀਆ ਦੀਆਂ ਬੈਸਟ ਪਲੇਸਿਸ 'ਚੋਂ ਕਹੂੰਗਾ, ਜਦੋਂ ਤੁਸੀਂ ਇਥੋਪੀਆ ਆਉਂਗੇ ਨਾ ਸਮਾਲੀਆ ਬਾਰਡਰ 'ਤੇ ਜ਼ਰੂਰ ਆਇਓ। ਅਤੇ ਨਮਸਤੇ, ਆਹ ਦੇਖ ਲਓ ਤੁਹਾਨੂੰ ਨਮਸਤੇ ਨਮਸਤੇ ਕਹਿ ਕੇ ਵੈਸੇ ਹੀ ਬਾਜਾ ਮਾਰੀ ਜਾਂਦਾ। ਨਮਸਤੇ ਬਾਬੂ ਜੀ, ਹਾਉ ਆਰ ਯੂ ਬਾਬੂ ਜੀ? ਫਾਈਨ ਥੈਂਕ ਯੂ। ਇੰਡੀਆ ਯਾ ਓਕੇ, ਦਿਸ ਇਜ਼ ਚਾਟ, ਕੈਨ ਯੂ ਸ਼ੋ ਮੀ? ਇਹ ਚਾਟ ਹੁੰਦੀ ਹੈ, ਇਹ ਜਿਹੜੀ ਚਾਟ ਹੈ ਇਹਨਾਂ ਦਾ ਨਸ਼ਾ ਇੱਕ, ਮਤਲਬ ਇਹ ਖਾਂਦੇ ਇਹਨੂੰ। ਤੇ ਹਾਊ ਮਚ ਪ੍ਰਾਈਸ? ਪ੍ਰਾਈਸ 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 200 ਬੀਰ ਪਰ ਕੇਜੀ? ਨੋ, 200 ਬੀਰ ਪਰ ਕੇਜੀ, 1 ਕੇਜੀ? 1 ਕੇਜੀ ਓ, ਇਹ 200 ਬੀਰ ਦਾ। ਮੈਨੂੰ ਪਹਿਲਾਂ ਕਿਸੇ ਨੇ ਕਹਿਤਾ ਸੀ, ਕਹਿੰਦੇ ਬਾਲੀ ਮਹਿੰਗੀ ਹੁੰਦੀ, ਕਹਿੰਦੇ $100 ਦੀ ਕਿਲੋ ਹੁੰਦੀ ਹੈ, ਪਰ ਸਸਤੀ ਇਹਨੂੰ ਚੱਬਦੇ ਇਹ ਖਾਂਦੇ ਆ। ਓਕੇ, ਨਾਈਸ ਟੂ ਮੀਟ ਯੂ, ਥੈਂਕ ਯੂ, ਸ਼ੁਕਰਾਨ, ਯਾ ਬਾਏ ਬਾਏ। ਪੰਜਾਬੀ ਪੰਜਾਬੀ, ਹਾਊ ਯੂ ਨੋ ਆਮ ਪੰਜਾਬੀ? ਮੇਰਾ ਨਾਮ
ਮੇਰਾ ਨਾਮ ਰਿਪਨ ਹੈ, ਤੁਹਾਡਾ ਨਾਮ ਕਿਆ ਹੈ? ਅਬਦੁਲ ਹਕੀਮ। ਹਿੰਦੀ ਕੈਸੇ ਜਾਂਦਾ ਹੈ? ਸਾਊਦੀ ਮੇ ਕੰਮ ਕੀਆ? ਕਹਾਂ ਕਹਾਂ ਸੇ ਸੀਗਾ? ਫਿਲਮੋ ਸੀ ਹੈ? ਫਿਲਮ ਦੇਖਾ? ਕੌਨ ਸਾ? ਸਲਮਾਨ ਔਰ ਆਮਿਰ ਔਰ ਸ਼ਾਹਰੁਖ ਖਾਨ। ਐਕਟ੍ਰੈਸ ਕੌਨ ਸਾ ਅੱਛਾ ਲਗਤਾ ਹੈ? ਇੰਡੀਆ ਕਾ ਐਕਟ੍ਰੈਸ ਕੌਨ ਸਾ ਅੱਛਾ ਲਗਤਾ ਹੈ? ਕੈਟਰੀਨਾ ਕੈਫ। ਕੌਨ ਸੀ ਜ਼ਿਆਦਾ ਅੱਛੀ ਹੈ? ਓਕੇ, ਥੈਂਕ ਯੂ ਸੋ ਮਚ। ਓਕੇ, ਬਾਏ ਬਾਏ। ਲੋਕ ਵਧੀਆ ਯਾਰ, ਜਦੋਂ ਨਾ ਲੋਕ ਤੁਹਾਨੂੰ ਐਪਰੀਸ਼ੀਏਟ ਕਰਨ, ਲੋਕ ਬੁਲਾਉਣ, ਦਿਲ ਖੁਸ਼ ਹੋ ਜਾਂਦਾ, ਤੁਗਣਾ ਘੁੰਮਣ ਨੂੰ ਜੀ ਕਰਦਾ ਹੈਗਾ। ਨਮਸਤੇ ਬਾਬੂ ਜੀ। ਯਾਰ ਜਿਹੜਾ ਬੰਦਾ ਜਾਂਦਾ ਹੈਗਾ ਹਰੇਕ ਬੰਦਾ ਹਿੰਦੁਸਤਾਨ। ਹਾਊ ਯੂ ਨੋ ਹਿੰਦੁਸਤਾਨ ਹੈ? ਓ ਗੁੱਡ, ਥੈਂਕ ਯੂ। ਪਾਕਿਸਤਾਨ ਹਿੰਦੁਸਤਾਨ ਹੈ ਤਾਂ ਗੱਲ ਇੱਕੋ ਹੀ ਹੈ। ਅੱਧੇ ਕਹਿੰਦੇ ਆ ਹਿੰਦੁਸਤਾਨ, ਅੱਧੇ ਕਹਿੰਦੇ ਆ ਪਾਕਿਸਤਾਨ, ਫਿਰ ਕੀ ਹੋ ਗਿਆ ਜੇ ਅੱਡ ਹੋ ਗਏ? 70-75 ਸਾਲ ਤੋਂ ਹੈ ਤਾਂ ਇੱਕੋ ਹੀ ਹੈ, ਭਾਵੇਂ ਹਿੰਦੁਸਤਾਨ ਸਮਝ ਲਓ, ਪਾਕਿਸਤਾਨ ਸਮਝ ਲਓ, ਇੱਕੋ ਹੀ ਹੈ, ਇੱਕੋ ਜੀ ਰਹਿਣ ਖੈ। ਹਾਂਜੀ, ਮੂੰਹ ਮਹਾਂਦਰੇ ਆਪਣੇ ਇੱਕੋ ਜਿਹੇ ਆ ਦੋਨੇ ਦੇਸ਼ਾਂ ਦੇ, ਤਾਂ ਕਰਕੇ ਭੁਲੇਖਾ ਖਾ ਜਾਂਦੇ ਆ ਵੀ ਪਾਕਿਸਤਾਨ, ਹਰੇਕ ਕਹਿੰਦਾ ਪਾਕਿਸਤਾਨ। ਇਹ ਓਲਡ ਸਿਟੀ ਦੀਆਂ ਸੀ ਗਲੀਆਂ ਵਿੱਚੋਂ ਦੀ ਲੰਘਦੇ ਹੋਏ ਬਾਹਰ ਨੂੰ ਜਾਣਾ ਹੈਗਾ। ਹੈਲੋ, ਓ ਹਿੰਦੀ, ਕੈਸਾ ਹੈ ਤੂੰ? ਜੀ ਠੀਕ ਹੈ, ਮੈਂ ਵੀ ਠੀਕ ਹੂੰ, ਮੈਂ ਵੀ ਠੀਕ ਹੂੰ। ਪੰਜਾਬ ਪੰਜਾਬ ਯਾ ਯੂ ਨੋ ਪੰਜਾਬ ਵੇਅਰ ਇਨ ਮੂਵੀ ਵਿੱਚ ਦਿੱਲੀ ਯਾ ਸਿਟੀ ਆਫ ਪੰਜਾਬ ਸਿਟੀ ਨਾ ਦਿੱਲੀ ਕੈਪੀਟਲ ਆਫ ਇੰਡੀਆ ਗੋਲਡਨ ਅੰਮ੍ਰਿਤਸਰ ਚੰਡੀਗੜ੍ਹ ਯਾ ਪਟਿਆਲਾ ਪਟਿਆਲਾ ਸੰਗਰੂਰ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਬਿਰਿਆਨੀ 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 ਸਾਗ ਮੱਕੀ ਦੀ ਰੋਟੀ ਸਾਗ ਨਹੀਂ ਇਹਨੂੰ ਪਤਾ ਨਹੀਂ ਨਹੀਂ ਆਲੂ ਦੇ ਪਰੌਂਠੇ ਆਲੂ ਦੇ ਪਰੌਂਠੇ ਲੱਸੀ ਇਟਸ ਡਿਲੀਸ਼ੀਅਸ ਆਈ ਸੀ ਇਟ ਬਟ ਆਈ ਡੋਨਟ ਹੈਵ ਅ ਚਾਂਸ ਯੂ ਨੋ ਲੱਸੀ ਯੈਪ ਯੂ ਵਾਂਟ ਟੂ ਕਮ ਪੰਜਾਬ ਇੰਡੀਆ ਓਕੇ ਯੂ ਆਰ ਵੈਲਕਮ ਬਫੇਲੋ Yeah. Yeah, buffalo. So many buffalo. And how you know Hindi? How you know everything? In movie. In movies. I love India movie. Oh. How many movies you watched? So many. So many? Yep. Which actors, which like Indian which film star you know? One? My favorite one like action. 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 Saru. Yep. No, you know? Ranbir. Ranbir. Ranbir Kapoor. Ranbir. Animal. Animal is a perfect movie. Ah, perfect movie. Very nice. New launch, eh? Yep, yep. ਇਹ ਦੇਖ ਲੋ ਯਾਰ, ਨੋ ਨੋ ਕਾਫੀ, ਥੈਂਕ ਯੂ, ਵੀ ਡੋਂਟ ਹੈਵ ਟਾਈਮ ਐਂਡ ਵੀ ਆਰ ਗੋਇੰਗ ਟੂ ਫਲਾਈ ਟੁਡੇ ਬਟ ਯੂ ਡਿਡਨਟ ਟੈਲ ਮੀ ਯੋਰ ਨੇਮ ਰਿਪਨ ਰਿਪਨ ਖੁਸ਼ੀ ਰਿਪਨ ਖੁਸ਼ੀ ਯੂ ਕੈਨ ਸੀ ਯੂਅਰ ਸੈਲਫ ਨਾਉ ਔਨ ਪੰਜਾਬੀ ਟ੍ਰੈਵਲ ਕਪਲ ਯੂਟਿਊਬ ਆਵਰ ਯੂਟਿਊਬ ਚੈਨਲ ਯਾ ਸਬਸਕ੍ਰਾਈਬ ਐਂਡ ਫੋਲੋ ਯੂ ਓ ਓਕੇ ਥੈਂਕ ਯੂ ਸੋ ਮਚ ਥੈਂਕ ਯੂ ਬ੍ਰੋ ਆਫੀ 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 ਓਕੇ 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 ਥੈਂਕ ਯੂ ਬ੍ਰੋ ਥੈਂਕ ਯੂ ਸੋ ਮਚ ਓਕੇ ਥੈਂਕ ਯੂ ਸੋ ਮਚ ਇਹ ਦੇਖ ਲਓ ਯਾਰ ਲੋਕ ਇੰਨੇ ਵਧੀਆ ਹੈ ਦੂਰੋਂ ਆਵਾਜ਼ ਮਾਰ ਲੈਂਦੇ ਆ ਬੰਦੇ ਨੂੰ ਜਾਂਦੇ ਜਾਂਦੇ ਨੂੰ ਜਦੋਂ ਨਾ ਯਾਰ ਲੋਕ ਤੁਹਾਨੂੰ ਇੰਨਾ ਪਿਆਰ ਕਰਨ ਤਾਂ ਤੁਹਾਡਾ ਮੱਲੋ ਜੋਰੀ ਜੀ ਲੱਗ ਜਾਂਦਾ ਤੁਸੀਂ ਜਿੱਥੇ ਵੀ ਜਾਓ ਮੱਲੋ ਜੋਰੀ ਤੁਹਾਡਾ ਜੀ ਲੱਗੂਗਾ ਤੇ ਜਿਹੜੀਆਂ ਇਹ ਸਿਟੀ ਦੀਆਂ ਗਲੀਆਂ ਹਜੇ ਕਈ ਥਾਵਾਂ ਇਹਨਾਂ ਦੀ ਰੈਨੋਵੇਸ਼ਨ ਚੱਲ ਰਹੀ ਹੈ ਇਹ ਹਰਾਰ ਸਿਟੀ ਦੀਆਂ ਗਲੀਆਂ ਦੀ ਤੇ ਤਿਆਰ ਹੋ ਰਹੀ ਹੈ ਹਰ ਰੰਗ ਕਰ ਰਹੇ ਆ ਦੇਖੋ
ਇਧਰਲੇ ਪਾਸੇ ਸਾਰੇ ਜਿੰਨਾ ਵੀ ਇਹ ਤੁਸੀਂ ਓਲਡ ਟਾਊਨ ਦੇਖਿਆ ਸੀ ਨਾ, ਮਤਲਬ ਓਲਡ ਸਿਟੀ ਹਰਾਰ ਦਾ, ਇਹ ਸਾਰਾ ਉੱਚਾ ਨੀਵਾ ਹੈਗਾ। ਮਤਲਬ ਪਹਾੜਾਂ ਦੇ ਪਾਸੇ ਇੱਧਰਲੇ ਪਾਸੇ ਤੁਹਾਨੂੰ ਆਪ ਪਹਾੜ ਦੇਖਦੇ ਹੋਣੇ, ਸਾਰਾ ਉੱਚਾ ਨੀਵਾ। ਅਤੇ ਆ ਇਹਦੀ ਸੱਥ ਹੈਗੀ ਅਤੇ ਬੱਚੇ ਖੇਡ ਰਹੇ ਆ। ਆਹ ਦੇਖੋ ਇੱਥੇ ਖੁੱਲ੍ਹੀ ਥਾਂ ਹੈ। ਹੈਲੋ ਸਲਾਮ, ਹਾਓ ਆਰ ਯੂ? ਮੋਟਰਸਾਈਕਲ ਮੋਟਰਸਾਈਕਲ ਵਾਂਗੂ ਫਰਾਰ ਹੋ ਗਿਆ। ਬੱਚੇ ਖੇਡ ਰਹੇ ਹਨ। ਹਾਂਜੀ, ਦੀ ਚਿਲਡਰਨ ਆਰ ਪਲੇਇੰਗ। ਤੇ ਇੱਥੇ ਦੇਖੋ ਇੱਧਰ ਨੂੰ ਥੱਲੇ ਨੂੰ ਜਾਂਦਾ ਸਿਟੀ ਨੂੰ ਹਰਾਰ ਨੂੰ। ਅਸੀਂ ਪਹਾੜਾਂ 'ਚ ਤੁਹਾਨੂੰ ਉੱਪਰ ਚੜ ਉੱਤਰ ਉੱਪਰ ਥੱਲੇ ਚੜ ਫਿਰ ਕੇ ਦੇਖਣਾ ਪੈਂਦਾ ਹੈਗਾ। ਅਤੇ ਬਾਕੀ ਇਹ ਗੱਲ ਦੀ ਇਹਦੀ ਮੌਜ ਹੈ, ਇੱਕ ਕੰਧ 'ਤੇ ਇਹਦੇ ਧੁੱਪ ਹੁੰਦੀ ਹੈ, ਕੰਧ 'ਤੇ ਛਾਂ ਹੁੰਦੀ ਹੈ, ਅਤੇ ਮਤਲਬ ਜ਼ਿਆਦਾ ਗਰਮੀ ਵੀ ਨਹੀਂ ਲੱਗਦੀ। ਦੇਖੋ ਨਾ ਜਿਵੇਂ ਇੱਧਰਲੇ ਇੱਕ ਪਾਸੇ ਦੇਖੋ ਛਾਂ ਪੈ ਰਹੀ ਹੈ ਹੁਣ, ਅਤੇ ਦੂਜੇ ਪਾਸੇ ਇਹਦੇ ਧੁੱਪ ਹੈਗੀ। ਜਦੋਂ ਨੂੰ ਸੂਰਜ ਦੂਜੇ ਪਾਸੇ ਜਾਣਾ ਅਤੇ ਦੂਜੇ ਪਾਸੇ ਛਾਂ ਧੁੱਪ ਆ ਜਾਣੀ। ਹੈਲੋ ਸਲਾਮ। ਇਹ ਮਾਰਕੀਟ ਬਈ ਬਾਹਲੀ ਬਿਜ਼ੀ ਹੈ, ਭੀੜ ਭੜੱਕਾ ਕਾਫੀ ਹੈ, ਅਤੇ ਲੋਕਾਂ ਦਾ ਦੇਣ ਲੈਣ ਵਪਾਰ ਚੱਲ ਰਿਹਾ ਹੈਗਾ। ਕੋਈ ਬੰਦਾ ਮਾਸਕ ਖਰੀਦ ਰਿਹਾ, ਵਿੱਚ ਟੇਲਰ ਦੀਆਂ ਸ਼ਾਪਸ ਹੈ। ਹੈਲੋ ਨਮਸਤੇ, ਹਾਓ ਯੂ? ਫਾਈਨ, ਗੁੱਡ, ਥੈਂਕ ਯੂ। ਗਾਈਡ ਬਿਨਾ ਯਾਰ ਨਾ ਇੱਥੇ ਨਾ ਆਇਓ। ਅਸਲ 'ਚ ਤਾਂ ਅਫਰੀਕਨ ਕੰਟਰੀ 'ਚ ਸਾਰੇ 'ਚ ਗਾਈਡ ਲੈਣਾ ਜ਼ਰੂਰੀ ਹੈ, ਪਰ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿਹੋ ਜਿਹੀਆਂ ਥਾਵਾਂ 'ਤੇ। ਵਟ ਇਜ਼ ਇਟ? ਅੰਜੀਰਾ, ਕੁਡ ਯੂ ਸ਼ੋ ਮੀ? ਇਹ ਅੰਜੀਰਾ, ਇੱਥੋਂ ਦੀ ਰੋਟੀ ਹੈ ਜਿਹੜੀ, ਦੇਖ ਲਓ ਕਿੱਡੀ ਹੁੰਦੀ ਹੈ, ਵੀ ਇੱਥੇ ਖਾਧੀ ਜਾਂਦੀ ਹੈ। ਸ਼ੋ ਮੀ? ਓ, ਮੇਡ ਆਫ ਸੋਰਗਮ। ਕੁਡ ਯੂ ਸ਼ੋ ਮੀ ਲਾਈਕ ਹਾਊ ਇਜ਼ ਇਟ? ਇਟ ਵੋਂਟ ਬੀ ਗੁੱਡ if you touch it for the other people. Okay, she's doing it. Okay, okay, ek ane bhi apa touch na kariye nu bhi oh hai main asal ch keh reya si bhi kudiyo dikha de bhi chakke bhi aida size hunda hai. Khair chalo, jidda apne tavi hundiya na jithe rotiyan laundiyan budiyan vyahan vele te oda siga oh size si. ਲੈ ਵੀ ਫਾਈਨਲੀ ਜਿਹੜਾ ਇਹ ਟਾਊਨ ਹੈ ਉਹਦੇ 'ਚੋਂ ਅਸੀਂ ਨਿਕਲਣ ਲੱਗੇ ਹਾਂ। ਹੋ, ਗੇਟ ਦਿਖਣ ਲੱਗ ਗਿਆ ਤੁਹਾਨੂੰ, ਇਹੋ ਜਿਹੇ 5 ਗੇਟ ਹੈ ਮਾਰਕੀਟ ਦੇ, ਇਹਦੇ 'ਚੋਂ ਬਾਹਰ ਨਿਕਲਣ ਨੂੰ ਅਤੇ ਅੰਦਰ ਆਉਣ ਨੂੰ, ਅਤੇ ਇਹਦੇ ਅੰਦਰ ਹੀ ਇਹ ਸਾਰਾ ਸ਼ਹਿਰ ਵਸਿਆ ਹੋਇਆ। ਕੰਧ ਲੱਗੀ ਹੋਈ ਹੈ ਸਾਰੇ ਕਿਤੇ, ਅਤੇ ਕੰਧ ਦੇ ਅੰਦਰ ਸਾਰਾ ਸੀਗਾ। ਓ ਮਾਈ ਗੋਡ, ਸਾਰਾ ਤਾਂ ਘਰੇਲੂ ਸਮਾਨ ਹੈ ਜਿੰਨਾ ਵੀ, ਤੇਲ, ਆਲੂ, ਗੰਢੇ, ਦਾਲ, ਸਬਜ਼ੀਆਂ, ਤੇ ਆ ਗਿਆ ਇਹਦਾ ਬਾਹਰਲਾ ਪਾਸਾ ਜਿਹੜਾ ਤੁਹਾਨੂੰ ਗੇਟ ਦੱਸਿਆ ਸੀ, ਮੇਨ ਐਂਟਰੈਂਸ ਸੀਗੀ। ਇੱਧਰਲੇ ਪਾਸੇ ਇਹਦੇ ਬਾਹਰਲੇ ਪਾਸੇ ਨਾ ਦੂਸਰਾ ਟਾਊਨ ਵਸਿਆ ਹੈ। So now where are we going, which one market? We are going to the smuggle market. Smuggle market, how yes. far from here? 2 minutes. 2 minutes? Yes. Hona se ja rahe hain smuggle market ch jithe sara smuggling da samaan tuhan dassya si aunda hai ga, oda naam hi jehda smuggle market hai. Baharle passeo na eh eho ja baneya hoya si jehda town hai ga, aa main darwaje bane hunde ade, eho ji aa kandh lagi hundi hai te inu jugal bolde hai, jugal, old jugal eh karke bol dende hai.
ਪਤਾ ਨਹੀਂ ਕੀ ਬੋਲੀ ਜਾਂਦੇ। ਨਮਸਤੇ, ਇੱਥੇ ਨਾ ਯਾਰ ਗਰਮੀ ਕੈਸਾ ਬਾਈ? ਠੀਕ ਹੈ, ਹਿੰਦੀ ਜਾਣਦਾ ਹੈ? ਪੂਰੀ ਅੱਛੀ ਤਰੀਕੇ ਸੇ। ਓ ਕੈਸੇ? ਹਾਂ ਮੈਂ ਪੰਜਾਬੀ ਹੈ। ਆਪਕੋ ਕੈਸੇ ਪਤਾ ਮੈਂ ਪੰਜਾਬੀ ਹੈ? ਪੱਗ ਸੇ ਫਿਲਮੋਂ ਮੈਂ ਵੀ ਦੇਖਾ ਹੈ, ਥੋੜਾ ਥੋੜਾ ਹਿੰਦੀ ਜਾਣਤਾ ਹੂੰ। ਓਕੇ, ਅੱਛਾ ਲਗਾ ਮੁਝੇ ਆਪਕੀ ਹਿੰਦੀ ਸੁਣ ਕੇ, ਖੁਸ਼ ਹੋ ਗਿਆ ਮੈਂ। ਓਕੇ, ਆਪ ਵੀ ਖੁਸ਼ ਹੋ ਗਿਆ। ਓਕੇ ਭਈਆ, ਮਿਲਦੇ ਆ ਭਈਆ। ਓਕੇ ਠੀਕ ਹੈ। ਦੁਪਹਿਰੇ ਨਾ ਯਾਰ ਇੱਥੇ ਗਰਮੀ ਗਰਮੀ ਬਹੁਤ ਹੋ ਜਾਂਦੀ ਹੈ। ਸਵੇਰੇ ਸਵੇਰੇ ਗਰਮੀ ਘੱਟ ਹੁੰਦੀ ਹੈਗੀ, ਅਤੇ ਦੁਪਹਿਰ ਦਾ 1 ਵੱਜ ਗਿਆ। 12 ਵਜੇ ਤੋਂ ਬਾਅਦ ਤਾਂ 12 ਤੋਂ 4 ਵਜੇ ਤੱਕ ਤਾਂ ਬੱਸ ਹੀ ਕਰਾ ਦਿੰਦੀ ਹੈ ਜਿਹੜੀ ਇੱਥੇ ਧੁੱਪ ਹੁੰਦੀ ਹੈ। ਆਹ ਆਟੋ ਚਾਈਨਾ ਤੋਂ ਆਉਂਦਾ ਫੋਰਸ ਦਾ, ਇਹਦਾ ਮੂੰਹ ਵੀ ਜਿਵੇਂ ਚਾਈਨਾ ਵਾਲਿਆਂ ਦਾ ਮੂੰਹ ਹੁੰਦਾ ਹੈ, ਜੇ ਮੂੰਹ ਹੈ ਉਹ ਇੰਡੀਆ ਦਾ ਖੜਾ ਹੈਗਾ। ਆਹ ਚਾਈਨਾ ਹੁਣ ਨਵਾਂ ਬਣਾਉਣ ਲੱਗਿਆ, ਆਹ ਇੰਡੀਆ ਤੋਂ ਆਉਂਦਾ ਪਹਿਲਾਂ ਵਾਲਾ। ਆਹ TVS ਸਾਰੇ ਇੰਡੀਆ ਦੇ ਹੈ। ਇੰਡੀਆ ਯਾਰ ਅਫਰੀਕਾ 'ਚ ਬਹੁਤ ਸਮਾਨ ਐਕਸਪੋਰਟ ਕਰਦਾ, ਅਤੇ ਜਿਹਦੇ 'ਚੋਂ ਮੇਨ ਆਟੋਮੋਬਾਈਲ ਦਾ, ਮੋਟਰਸਾਈਕਲ, ਗੱਡੀਆਂ ਅਤੇ ਮਰੂਤੀ ਸੁਜ਼ੂਕੀ ਦੀਆਂ, ਹੋਰ ਆਟੋ ਤੋਂ ਲੈ ਕੇ A to Z ਚੀਜ਼ ਇੰਡੀਆ ਤੋਂ ਆਉਂਦੀ ਹੈ। Now we are the smuggling market, we shortly make it the China market. Because most of the things come from China. Here in this market you find electronics like mobile phone, watch, perfume, textiles, everything. Everything smuggling? Yes, everything smuggling. There you go. ਜਿੰਨਾ ਲੁੱਟਿਆ ਹੋਇਆ ਸਾਰਾ ਸਮਾਨ ਹੈ, ਸਾਰਾ ਘੜੀਆਂ ਹੋ ਗਈਆਂ, ਮੋਬਾਈਲ ਹੋ ਗਏ ਅਤੇ ਜੋ ਵੀ ਹੈ A to Z ਸਾਰਾ ਕੁਛ ਕਹਿੰਦਾ ਇਹ ਮਾਰਕੀਟ 'ਚ ਵਿਕਦਾ ਹੈਗਾ, ਜੋ ਵੀ A to Z ਹਰ ਕੋਈ ਹਰ ਚੀਜ਼ ਮਿਲ ਜੂ ਕਹਿੰਦਾ ਤੁਹਾਨੂੰ ਇਹ ਮਾਰਕੀਟ 'ਚ। ਪਤਾ ਨਹੀਂ ਕਿਹੜੇ ਕਿਹੜੇ ਬੰਦਿਆਂ ਦੇ ਇਹਨੂੰ ਹੱਥ ਲੱਗੇ ਹੋਣਗੇ ਜਿਹਦੇ ਥਰੂ ਆਇਆ ਉਹ ਇੰਡੀਅਨ। ਇਹਦੇ ਕੋਲ ਬੈਗ ਹੋ ਗਏ, ਇਲੈਕਟ੍ਰੋਨਿਕ ਪਏ ਆ, ਨੇੜੇ ਅਸੀਂ ਜਾਂਦੇ ਨਹੀਂ ਹੈਗੇ ਕਿਸੇ ਵੀ ਸ਼ੋਪ ਦੇ, ਅਤੇ ਬਾਹਰੋਂ ਬਾਹਰੋਂ ਦੇਖਾਂਗੇ। ਯਾ ਆਲ ਦਿਸ ਉਹ ਕਿਹੜਾ ਦੇਖ ਕੇ ਲੁੱਟਦੇ ਆ, ਪੂਰੇ ਦਾ ਪੂਰਾ ਕਾਰਗੋ ਲੁੱਟ ਲੈਂਦੇ ਆ। ਕੰਟੇਨਰ ਹੁੰਦਾ ਸਾਰੇ ਦਾ ਸਾਰਾ, ਵਿੱਚੋਂ ਜਿਹੜਾ ਸਮਾਨ ਨਿਕਲਿਆ ਆ ਜਿੰਨੇ ਪੈਸੇ ਵੱਟਣੇ ਵੱਟ ਕੇ ਵੇਚ ਦਿੰਦੇ। ਆਹ ਸਾਰਾ ਇਲੈਕਟ੍ਰੋਨਿਕ ਉਹ ਯਾਰ ਖੁਸ਼ੀ ਸਮਾਨ ਤਾਂ ਲੈਣ ਵਾਲਾ ਵੀ ਹੈ ਕੁਛ ਇੱਥੋਂ। ਮੈਂ ਕਿਹਾ ਗੁੱਚੀ ਪਰਾਡਾ ਪਈਆਂ ਇੱਥੇ, ਮੈਂ ਕਿਹਾ ਲੈ ਲਈਏ ਥੋੜ੍ਹੀ, ਜਾਂ ਘੜੀਆਂ ਪਈਆਂ ਹੈਗੀਆਂ, ਰੰਗ ਉੱਤਰ ਜੂ, ਟੋਮੀ ਟੂਮੀ ਦੀਆਂ ਸਾਰੀਆਂ ਘੜੀਆਂ। ਅਤੇ ਸਾਡਾ ਗਾਈਡ ਸੁਲੇਮਾਨ ਕਹਿੰਦਾ ਵੀ ਜਿੰਨਾ ਪ੍ਰਾਈਜ਼ ਕਹਿਣਗੇ ਸਟਾਰਟ ਫਰੋਮ ਹਾਫ, ਕਹਿੰਦਾ ਜਿੰਨਾ ਇਹ ਮੰਗਣਗੇ, ਜੇ 1000 ਮੰਗਣਗੇ 500 ਤੋਂ ਸਟਾਰਟ ਕਰੀਏ ਤੂੰ ਘੱਟ। ਮੈਂ ਕਿਹਾ ਅਸੀਂ ਤਾਂ ਇਹੋ ਜਿਹੇ ਬੰਦੇ, ਅਸੀਂ ਤਾਂ ਇਹ ਨਹੀਂ ਪਤਾ 200 ਤੋਂ ਚੱਕੀਏ ਬੋਲੀ, ਫਿਰ ਹੌਲੀ ਹੌਲੀ ਥੱਲੇ ਲੈ ਕੇ ਜਾਵਾਂਗੇ। ਪੂਰਾ ਇਲੈਕਟ੍ਰੋਨਿਕ ਦੀ ਮਾਰਕੀਟ ਆ ਯਾਰ ਸਾਰੀ। ਐਕਸਚੇਂਜ ਫਾਰ ਦੀ ਬਲੈਕ ਮਾਰਕੀਟ? ਓਕੇ, ਹਾਊ ਮੱਚ ਦੇ ਗਏ? ਡਿਪੈਂਡਸ, ਆਈ ਐਮ ਨਾਟ ਕੁਆਇਟ ਸ਼ੂਰ ਬਾਈ ਦਿਸ ਟਾਈਮ, ਬਟ ਇਟਸ ਓਕੇ ਡਬਲ। ਓਕੇ ਗੋ। ਇਹ ਕਹਿੰਦਾ ਵੀ ਜਿਹੜਾ ਇਹ ਏਰੀਆ ਨਾਲ ਨਾਲ ਬਲੈਕ ਮਾਰਕੀਟ ਲਈ ਵੀ ਕਾਫੀ ਪਪੂਲਰ ਹੈ, ਮਤਲਬ ਜਿਵੇਂ ਡਾਲਰ ਦੀ ਇਹ ਨਾ ਅਫਰੀਕਾ 'ਚ ਬਹੁਤ ਸ਼ੋਰਟੇਜ ਰਹਿੰਦੀ ਹੈ, ਤਾਂ ਕਰਕੇ ਡਾਲਰ ਹੈ ਇੱਥੇ ਬਲੈਕ 'ਤੇ ਵਿਕਦਾ। ਵੈਸੇ ਤਾਂ ਆਪਣੇ ਇੰਡੀਆ 'ਚ ਵੀ 2-3 ਰੁਪਏ ਮਹਿੰਗਾ ਵਿਕਦਾ ਹੀ ਹੈ ਆਮ ਨਾਲੋਂ, ਜਿਹੜਾ ਇੰਟਰਨੈਟ 'ਤੇ ਜਾਂ ਮਾਰਕੀਟ ਰੇਟ ਚੱਲ ਰਿਹਾ ਉਹਨਾਂ 2-3 ਰੁਪਏ ਵੱਧ ਵਿਕ ਜਾਂਦਾ।
ਪਰ ਇੱਥੇ ਡਬਲ ਉਹ ਤੁਹਾਨੂੰ ਪਹਿਲਾਂ ਜਿੱਦਾਂ ਡਬਲ ਪ੍ਰਾਈਜ਼ ਹੈ ਹੈ ਫਰੋਮ ਦ ਬੈਂਕ ਇਟਸ ਯੈਸ ਯੈਸ ਜਿਵੇਂ ਤੁਹਾਨੂੰ ਦੱਸਿਆ ਖਰਚਾ ਬਚਾਉਣਾ ਹੈ ਖਰਚਾ ਅੱਧਾ ਕਰਨਾ ਹੈਗਾ ਘੁੰਮਣ ਦਾ ਤਾਂ ਡਾਲਰ ਇੱਥੇ ਲੈ ਕੇ ਆਇਓ ਅਤੇ ਡਬਲ ਪ੍ਰਾਈਜ਼ ਹੋ ਜੂਗਾ ਖਰਚਾ ਤੁਹਾਡਾ ਅੱਧਾ ਰਹਿ ਜੂਗਾ ਜਿਵੇਂ ਹੁਣ ਗਾਈਡ ਹੈ ਇਹਨੂੰ ਪੈਸੇ ਦੇਣੇ ਅਸੀਂ ਇਹਨੂੰ ਅਸੀਂ ਦੇਣਾ 8000 ਰੁਪਇਆ ਹੁਣ ਸਾਰਾ ਵਿੱਚ ਹੀ ਹੋਟਲ ਹੋਟਲ ਇਹਨੇ ਕੀਤਾ ਸੀਗਾ 8000 ਅਤੇ ਹੁਣ ਜੇ ਮਤਲਬ ਇਹਨੂੰ ਅਸੀਂ ਕਿੱਥੇ ਤਾਂ ਅਸੀਂ 8 ਹੀ ਦੇਈਏ ਜੇ ਡਾਲਰ ਦੇ ਹਿਸਾਬ ਨਾਲ ਇੱਥੋਂ ਕਢਾਈਏ ਪੈਸੇ ਕਿੱਥੇ ਹੁਣ ਸਾਡਾ 4 ਹੀ ਰਹਿ ਗਿਆ ਇਹਨੂੰ ਮਤਲਬ ਇਹਨੂੰ ਦੇਣਾ ਸੀ 8 ਸੀ ਹੁਣ 4 ਹੀ ਰਹਿ ਗਿਆ 4000 ਹੀ ਦੇਣਾ ਇਹਨੂੰ ਆਹ ਸਾਰੀ ਇਲੈਕਟ੍ਰੋਨਿਕ ਆ ਯਾਰ ਕੱਪੜੇ ਕੁੱਪੜੇ ਵੀ ਵਿੱਚ ਹੀ ਵਿਕੀ ਜਾਂਦੇ ਇਹ ਮਾਰਕੀਟ ਨਾ ਵੈਸੇ ਬਹੁਤ ਜ਼ਿਆਦਾ ਵੱਡੀ ਆ ਹੈਲੋ ਨਮਸਤੇ ਹਾਉ ਆਰ ਯੂ ਫਾਈਨ ਯਾ ਕਈ ਬੰਦਿਆਂ ਦਾ ਤਾਂ ਯਾਰ ਇੱਥੇ ਐਂ ਨਹੀਂ ਪਤਾ ਲੱਗਦਾ ਵੀ ਇੰਡੀਅਨ ਹੈ ਕਿ ਇਥੋਪੀਅਨ ਹੈ ਜਾਂ ਇੱਧਰ ਦਾ ਹੈਗਾ ਜਮਾਂ ਚਿਹਰੇ ਮੋਹਰੇ ਇਹਨਾਂ ਦੇ ਆਪਣੇ ਨਾਲ ਦੇ ਹੈਗੇ ਰੰਗ ਵੀ ਇਹਨਾਂ ਦੇ ਥੋੜ੍ਹੇ ਜਿਹੇ ਸਾਫ਼ ਹੈ ਇੱਧਰਲੇ ਪਾਸੇ ਇੰਨੇ ਮਤਲਬ ਇੰਨੇ ਜ਼ਿਆਦਾ ਡਾਰਕ ਬਲੈਕ ਨਹੀਂ ਹੈਗੇ ਆਹ ਤੁਸੀਂ ਦੇਖ ਸਕਦੇ ਹੋ ਸਾਫ਼ ਰੰਗ ਹੈ ਕਣਕ ਭਿੰਨੇ ਜਿਵੇਂ ਆਪਣੇ ਹੁੰਦੇ ਹੈਗੇ ਪੰਜਾਬ 'ਚ ਜਾਂ ਇੰਡੀਆ ਦੇ ਮੋਸਟਲੀ ਸਾਊਥ ਇੰਡੀਅਨ ਲੋਕ ਲਾ ਲਓ ਇਹ ਸ਼ਹਿਰ ਦੇ ਨਾ ਦੋ ਹਿੱਸੇ ਆ ਇੱਕ ਤਾਂ ਓਲਡ ਟਾਊਨ ਹੈ ਅਤੇ ਓਲਡ ਟਾਊਨ ਦਾ ਹਜੇ ਸੋਹਣਾ ਹੈਗਾ ਅਤੇ ਇਹ ਜਿਹੜਾ ਟਾਊਨ ਹੈਗਾ ਹਰਾਰ ਉਹਦਾ ਹਿੱਸਾ ਹੈਗਾ ਬਾਹਰਲੇ ਪਾਸੇ ਜਿਵੇਂ ਮਾਡਰਨ ਟਾਊਨ ਆ ਮਾਡਰਨ ਟਾਊਨ 'ਚ ਤਾਂ ਬਹੁਤ ਗੰਦ ਪਲੰਦ ਬਹੁਤ ਕੁਛ ਇਹੋ ਜਿਹਾ ਤੁਹਾਨੂੰ ਜਿਹੜਾ ਦੇਖਣ ਨੂੰ ਮਿਲੂ ਜਿਹੜਾ ਪੁਰਾਣਾ ਹਿੱਸਾ ਹੈ ਸ਼ਹਿਰ ਦਾ ਉਹ ਬਹੁਤ ਸੋਹਣਾ ਹੈਗਾ ਉਹ ਦੇਖਣ ਵਾਲਾ ਤੁਸੀਂ ਪਹਿਲਾਂ ਵੀ ਦੇਖਣਾ ਕਮਾਲ ਦਾ ਅਤੇ ਨਵੇਂ ਵਾਲਾ ਮਾਡਰਨ ਪਤਾ ਨਹੀਂ ਇਹਨੂੰ ਕਿਵੇਂ ਕਿਹੜੇ ਹਿਸਾਬ ਨਾਲ ਕਹੀ ਜਾਂਦਾ ਵੀ ਮਾਡਰਨ ਆ ਇਹ ਅਤੇ ਇੱਥੇ ਨਾ ਤਾਂ ਬੈਠਣ ਨੂੰ ਨਾ ਉੱਠਣ ਨੂੰ ਅਤੇ ਨਾ ਹੀ ਕੁਛ ਹੋਰ ਵਧੀਆ ਆਲਾ ਦੁਆਲਾ ਆਹ ਕੀ ਲੱਦੀ ਆਉਂਦਾ ਭਰਾ ਗੱਡੀਆਂ ਦਾ ਅਸਲ ਮੁੱਲ ਅਫਰੀਕਾ ਵਾਲੇ ਮੋੜਦੇ ਹੈਲੋ ਦੇਖੋ ਅਸਲ ਮੁੱਲ ਲੈ ਰਹੇ ਤੋਂ ਇੰਨੀ ਕੁ ਮਾਰਕੀਟ ਸੀ ਇਹ ਜਿੰਨੀ ਤੁਹਾਨੂੰ ਦਿਖਾਉਣੀ ਸੀ ਸਾਰੀ ਕਿ ਜਿੱਥੇ ਸਾਰਾ ਸਮਾਨ ਵਿਕਦਾ ਹੈਗਾ ਇਹਦੀਆਂ ਗਲੀਆਂ ਆਲਾ ਦੁਆਲਾ ਇਹੋ ਜਿਹਾ ਸੀਗਾ ਸਾਰਾ ਆਹ ਜਿਹੜਾ ਪਿਛਲੇ ਪਾਸੇ ਬਣ ਰਿਹਾ ਜੇ ਮਾਲ ਮੂਲ ਬਣੇ ਹੀ ਜਾਂਦੇ ਆ ਸ਼ਹਿਰ 'ਚ ਜਦੋਂ ਨਾ ਸੋਮਾਲੀਆ ਤੋਂ ਇਥੋਪੀਆ ਨੂੰ ਜਾਂਦੇ ਹਾਂ ਮਤਲਬ ਇਥੋਪੀਆ ਨੂੰ ਦੀ ਰਾਜਧਾਨੀ ਐਡੀਸ ਅਬਾਬਾ ਨੂੰ ਸਭ ਤੋਂ ਪਹਿਲਾਂ ਅਤੇ ਸਭ ਤੋਂ ਜਿਹੜਾ ਵੱਡਾ ਸ਼ਹਿਰ ਪੈਂਦਾ ਉਹ ਹਰਰ ਪੈਂਦਾ ਹੈਗਾ ਜਾਂ ਹਰਾਰ ਤਾਂ ਹੀ ਕਰਕੇ ਇਹਨੂੰ ਮਤਲਬ ਟ੍ਰੇਡ ਸੈਂਟਰ ਮੰਨਿਆ ਜਾਂਦਾ ਇਹ ਸ਼ਹਿਰ ਨੂੰ ਵੀ ਸਾਰੀ ਟ੍ਰੇਡਿੰਗ ਆ ਜਿਹੜੀ ਇੱਥੋਂ ਆਉਂਦੀ ਹੈ ਸਮਾਨ ਆ ਜਿਹੜਾ ਇੱਥੇ ਵਿਕਦਾ ਅਤੇ ਹੁਣ ਅਸੀਂ ਚੱਲੇ ਹਾਂ ਸਾਡੇ ਹੋਟਲ ਦੇ ਵੱਲ ਅਤੇ ਸ਼ਹਿਰ ਦਾ ਆਲਾ ਦੁਆਲਾ ਬਾਈ ਕਹਿੰਦਾ ਬਹੁਤ ਘੁੰਮ ਲਿਆ ਯਾਰ ਕੁਛ ਗਰਮੀ ਵੀ ਹੋ ਜਾਂਦੀ ਹੈ ਦੁਪਹਿਰ ਤੋਂ ਬਾਅਦ ਨਾ ਘੁੰਮਣਾ ਸਹੀ ਨਹੀਂ ਰਹਿੰਦਾ ਇੱਥੇ ਐਨਰਜੀ ਇੰਨੀ ਲੱਗਦੀ ਹੈ ਮਤਲਬ ਬੋਲਣ ਨੂੰ ਵੀ ਜੀ ਨਹੀਂ ਕਰਦਾ ਧੁੱਪ ਇੰਨੀ ਤਿੱਖੀ ਹੁੰਦੀ ਹੈ ਲੋ ਵੀ ਪਹੁੰਚ ਗਏ ਅਸੀਂ ਸਾਡੇ ਹੋਟਲ ਅਤੇ ਇਹ ਗੱਲ ਦੀ ਯਾਰ ਇੱਥੇ ਸਿਫਤ ਹੈ ਮਤਲਬ ਇਥੋਪੀਆ 'ਚ ਤੁਹਾਨੂੰ ਹੋਟਲ ਹੋਟਲ ਰਹਿਣ ਸਹਿਣ ਨੂੰ ਤਾਂ ਚੰਗਾ ਮਿਲਜੂ ਹਰ ਕਿਸੇ ਉਹਦੇ 'ਚ ਮਤਲਬ ਕਿਸੇ ਵੀ ਤੁਸੀਂ ਸ਼ਹਿਰ 'ਚ ਜਾਓਗੇ ਨਾ ਭਾਵੇਂ ਬਾਰਡਰ 'ਤੇ ਵਸਿਆ ਹੋਇਆ ਸ਼ਹਿਰ ਇਹ ਜ਼ਿਆਦਾ ਡਿਵੈਲਪ ਨਹੀਂ ਤੁਸੀਂ ਦੇਖਣਾ ਪਰ ਹੋਟਲ ਹੋਟਲ ਇੱਥੇ ਚੰਗੇ ਵਧੀਆ ਬਣੇ ਹੋਏ ਗਏ ਲੈਟਸ ਗੋ ਓਕੇ ਫਾਈਨਲੀ ਬੈਕ ਟੂ ਹੋਮ ਇਹ ਇਹੋ ਜਿਹਾ ਸਾਡਾ ਹੋਟਲ ਹੈ ਜਿਹੜਾ ਇਹ ਬਣਿਆ ਹੋਇਆ ਹੈਗਾ ਗਾਈਡ ਨਾਲ ਹਿਸਾਬ ਕਿਤਾਬ ਨਿਬੇੜ ਲਈ ਇਹਨਾਂ ਨੇ
ਤੇ ਕੀ ਪੈਸਾ ਧੇਲਾ ਬਣਦਾ ਇਹਦਾ। ਤੇ ਇੱਥੋਂ ਸਾਡੇ ਨਾਲ ਗੱਡੀ ਜਾਊਗੀ ਤੇ ਉਹ ਗੱਡੀ ਖੜੀ ਹੈ ਪੁਰਾਣੇ ਸਟਾਈਲ ਦੀ, ਇਹ ਛੱਡੂਗੀ ਸਾਨੂੰ ਏਅਰਪੋਰਟ ਤੇ ਏਅਰਪੋਰਟ ਤੋਂ ਉੱਥੋਂ ਸਾਡੀ ਫਲਾਈਟ ਹੈ ਇੱਕ ਘੰਟੇ ਦੀ, ਇੱਕ ਘੰਟੇ ਬਾਅਦ ਅਸੀਂ ਪਹੁੰਚ ਜਾਣਾ ਜੀ ਐਦੀਸ ਅਬਾਬਾ ਪੰਜਾਬੀਆਂ ਦੇ ਕੋਲ। ਤੇ ਅੱਜ ਤੁਹਾਨੂੰ ਪੰਜਾਬੀਆਂ ਨਾਲ ਮਿਲਾਉਂਦੇ ਹਾਂ ਜਿਹੜੇ ਇਥੋਪੀਆ 'ਚ ਵੱਸਦੇ ਪੰਜਾਬੀ ਆ, ਕਾਫੀ ਦਿਨਾਂ ਦੇ ਉਹਨਾਂ ਦੇ ਫੋਨ ਆਈਦਾ। ਹੈਲੋ, ਨਾਈਸ ਟੂ ਮੀਟ ਯੂ, ਥੈਂਕ ਯੂ। ਫਰੰਟ ਸੀਟ ਤੇ ਬਹਿ ਕੇ ਜਾਣੇ, ਲਗਜ਼ਰੀ ਕਾਰ ਤਾਂ ਮਸਾਂ ਮਿਲਦੀ ਹੈਗੀ। ਹਾਏ ਜਰ ਲੱਗੀ ਪਈ ਆ। ਓਕੇ ਬਾਏ ਬਾਏ। ਅਫਰੀਕਾ ਦੇ ਦਿਨ ਵੀ ਨਾ ਇਥੋਪੀਆ ਦੇ ਯਾਦ ਹੀ ਰਹਿਣਗੇ ਯਾਰ। ਨਾਈਸ, ਕਿਆ ਜ਼ਿੰਦਗੀ ਹੈ ਯਾਰ। ਮੈਨੂੰ ਤਾਂ ਇਹੋ ਜਿਹੀ ਲਗਜ਼ਰੀ ਲਾਈਫ ਬਹੁਤ ਪਸੰਦ ਆ। ਤੇ ਬਾਕੀ ਖੁਸ਼ੀ ਦੇ ਮੰਮੀ ਪਾਪਾ ਵੀ ਸੋਚਦੇ ਹੋਣਗੇ ਵੀ ਸਾਡੀ ਕੁੜੀ ਕਿੰਨੀ ਕਿਸਮਤ ਵਾਲੀ ਆ, ਕਿੰਨੀਆਂ ਲਗਜ਼ਰੀ ਕਾਰਾਂ 'ਚ ਬੈਠ ਰਹੀ ਆ। ਫਰਾਂਸ ਤੋਂ ਇੱਥੇ ਆਈ ਹੋਣੀ, ਇੱਥੇ ਕਿਸੇ ਚੀਜ਼ ਦਾ ਕੋਈ ਭਰੋਸਾ ਨੀ। ਏਅਰਪੋਰਟ ਹੁਣ ਅਸੀਂ ਪਹੁੰਚਾਂਗੇ 2 ਘੰਟੇ ਦੇ ਵਿੱਚ, 2 ਘੰਟੇ 50 ਕਿਲੋਮੀਟਰ, 2 ਘੰਟੇ ਲੱਗਣੇ ਤੇ ਸਿੱਧਾ ਏਅਰਪੋਰਟ ਤੇ ਮਿਲਦੇ ਆ। ਲਓ ਜੀ, ਇੱਥੇ ਆਪਣੀ ਜਿਹੜੀ ਲਗਜ਼ਰੀ ਰਾਈਡ ਸੀ ਖਤਮ ਹੁੰਦੀ ਹੈ। ਤੇ ਪਲੀਜ਼ ਕਮ। ਇਹ ਯਾਰ ਗੱਡੀ ਬਾਰੇ ਬੜਾ ਮੈਂ ਬਾਈ ਨਾਲ ਆਉਂਦੇ ਹੁੰਦੇ ਗੱਲਾਂ ਬਾਤਾਂ ਕੀਤੀਆਂ। 1960 ਮਾਡਲ ਹੈ, ਫਰੈਂਚ ਕਾਰ ਹੈ, ਤੁਸੀਂ ਦੇਖੋ 60 ਮਾਡਲ ਯਾਰ ਕਿੰਨਾ, 64 ਸਾਲ ਲਗਭਗ ਹੋ ਗਏ, 40 ਉਹ ਹੋ ਗਏ, 24 ਆ, 64 ਸਾਲ ਪੁਰਾਣੀ ਕਾਰ ਯਾਰ ਤੇ ਫਰਾਂਸ 'ਚ। ਓਕੇ, ਥੈਂਕ ਯੂ ਸੋ ਮੱਚ। ਯਾ ਉਦੋਂ ਦੇਖ ਲਓ ਫਰਾਂਸ 'ਚ ਉਹ ਜਿਹੀਆਂ ਗੱਡੀਆਂ ਚੱਲਦੀਆਂ ਸੀ। ਸੋਚਣ ਵਾਲੀ ਗੱਲ ਇਹ ਹੈ ਆਪਣੇ ਤਾਂ ਜੀਪਾਂ ਵੀ ਬਾਅਦ 'ਚ ਹੋਈਆਂ, 65-70 'ਚ ਤਾਂ ਜੀਪਾਂ ਵੀ ਆਪਣੇ ਮਸਾਂ ਸੀਗੀਆਂ। ਅਤੇ ਇਹ ਹੈ ਜੀ ਇੰਟਰਨੈਸ਼ਨਲ ਏਅਰਪੋਰਟ ਅਤੇ ਦੀਰੇ ਦਾਵਾ ਇੰਟਰਨੈਸ਼ਨਲ ਏਅਰਪੋਰਟ 'ਤੇ ਅਸੀਂ ਪਹੁੰਚ ਗਏ ਅਤੇ ਇੱਥੋਂ ਐਂਟਰੈਂਸ ਹੈਗੀ। ਅਤੇ ਹੁਣ ਆਪਾਂ ਮਿਲਾਂਗੇ ਸਿੱਧਾ ਇਸ ਤੋਂ ਬਾਅਦ ਐਦਿਸ ਅਬਾਬਾ ਪੰਜਾਬੀਆਂ ਦੇ ਨਾਲ, ਪੰਜਾਬੀਆਂ ਨੂੰ ਮਿਲਣਾ ਇਥੋਪੀਆ 'ਚ ਰਹਿੰਦੇ ਹਨ। ਰੈਡੀ, ਜਹਾਜ਼ ਤਿਆਰ ਹੈ। ਚੰਗਾ ਬਈ, ਫਿਰ ਮਿਲਾਂਗੇ ਜ਼ਿੰਦਗੀ 'ਚ ਕਦੇ। ਜੇ ਸੋਮਾਲੀਆ ਦਾ ਦਾਣਾ ਪਾਣੀ ਲਿਖਿਆ ਹੋਇਆ, ਸੋਮਾਲੀਆ ਜਾਣਾ ਹੋਇਆ ਤਾਂ ਏਅਰਪੋਰਟ 'ਤੇ ਉਤਰਾਂਗੇ ਦੁਬਾਰੇ, ਇੰਟਰਨੈਸ਼ਨਲ ਏਅਰਪੋਰਟ ਹੈ, ਇੱਥੇ ਆ ਕੇ ਦੁਬਾਰੇ ਉਤਰਾਂਗੇ। ਅਤੇ ਫਿਲਹਾਲ ਰਾਜਧਾਨੀ ਨੂੰ ਵਾਪਸ ਚੱਲਦੇ ਹਾਂ। ਇਹ ਸਾਡਾ ਜਹਾਜ਼ ਆਇਆ ਖੜਾ, ਅਜੇ ਤਾਂ ਭੀੜ ਲੱਗੀ ਹੋਈ ਹੈ, ਮੈਨੂੰ ਅਸੀਂ ਕਿਤੇ ਲਾਸਟ ਦੀਆਂ ਸੀ। ਅਤੇ ਅਫਰੀਕਾ ਦੇ ਏਅਰਪੋਰਟ ਦੇਖੋ ਯਾਰ, ਉਹ ਸਾਹਮਣੇ ਵਾਲੇ ਪਾਸੇ ਦੇਖੋ, ਇਹਨਾਂ ਨੇ ਜਿਵੇਂ ਰੇਤੇ ਦੇ ਇੱਕ ਟਿੱਬੇ ਦੀ ਉਹ ਲਾ ਰੱਖਿਆ ਟਾਵਰ ਹੁੰਦਾ, ਜਿਹੜਾ ਇਹਨਾਂ ਨੂੰ ਜਹਾਜ਼ਾਂ ਨੂੰ ਮਤਲਬ ਨੈਟਵਰਕ ਦਿੰਦਾ ਹੈਗਾ। ਇਹੋ ਜਿਹੇ ਕੰਮ ਹੁੰਦੇ ਨੇ, ਛੋਟੇ ਛੋਟੇ ਏਅਰਪੋਰਟ ਹੁੰਦੇ ਨੇ ਅਫਰੀਕਾ, ਜਦੋਂ ਕਦੇ ਗੇੜਾ ਵੱਜਿਆ ਨਾ ਤੁਹਾਡਾ ਦੇਖੋਗੇ, ਬੜਾ ਬੜੀਆਂ ਚੀਜ਼ਾਂ ਦੀ ਹੈਰਾਨੀ ਜੀ ਹੋਊਗੀ ਦੇਖ ਕੇ ਤੁਹਾਨੂੰ। 400 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਕ ਵਾਰ ਫਿਰ ਅਸੀਂ ਪਹੁੰਚ ਗਏ ਐਦਿਸ ਅਬਾਬਾ ਅਤੇ ਰਾਜਧਾਨੀ 'ਚ ਤੁਹਾਡਾ ਫਿਰ ਸਵਾਗਤ ਹੈ ਜੀ। ਸਾਨੂੰ ਇਥੋਪੀਆ ਸਭ ਤੋਂ ਪਸੰਦ
ਕਿਉਂਕਿ ਮੌਸਮ ਇੱਥੇ ਬਹੁਤ ਵਧੀਆ ਰਹਿੰਦਾ, ਸਭ ਤੋਂ ਪਸੰਦ ਆ ਸਾਨੂੰ ਇਹ ਰਾਜਧਾਨੀ। ਤੇ ਇੱਥੇ ਸਾਨੂੰ ਲੈਣ ਦੇ ਲਈ ਅੱਜ ਵੈਲਕਮ ਦੇ ਲਈ ਆਏ ਹੋਏ ਨੇ ਪੰਜਾਬੀ ਵੀਰ ਸਾਰੇ ਆਪਣੇ, ਤੇ ਜਿੰਨੇ ਪੰਜਾਬ ਵਾਲੇ। ਤੇ ਬਾਕੀ ਇਹ ਆ ਵੀ ਹੁਣ ਜਿਹੜੇ ਆਉਣ ਵਾਲੇ ਦੋ ਕੁ ਵਲੌਗ ਹੋਣਗੇ ਉਹ ਪੰਜਾਬੀਆਂ ਨਾਲ ਬਣਾਵਾਂਗੇ ਕਿ ਇਹਨਾਂ ਦਾ ਕੰਮ ਕਾਰ ਕੀ ਆ, ਕੀ ਕਾਰੋਬਾਰ ਆ। ਸੋ ਏਅਰਪੋਰਟ ਤੋਂ ਬਾਹਰ ਆ ਗਏ ਅਸੀਂ ਪਾਰਕਿੰਗ 'ਚ ਤੇ ਮਿਲਾਉਂਦੇ ਹਾਂ ਤੁਹਾਨੂੰ ਉਹਨਾਂ ਦੇ ਨਾਲ। ਕੀ ਹਾਲ ਚਾਲ ਨੇ ਭਾਅ ਜੀ? ਇਹਨਾਂ ਤਾਂ ਤੁਸੀਂ ਪਹਿਲਾਂ ਵੀ ਇੱਕ ਵਾਰੀ ਮਿਲ ਲਏ ਜੀ, ਤੇ ਆਹ ਬਾਈ ਜੀ ਨੂੰ ਅੱਜ ਮਿਲ ਰਹੇ ਹੋ, ਅਸੀਂ ਤਾਂ ਮਿਲੇ ਤੁਹਾਨੂੰ ਅੱਜ ਮਿਲਾ ਰਹੇ ਹੋ। ਠੀਕ ਠਾਕ ਹੋ ਜੀ? ਨਿਆਣੇ ਹੋ? ਹੈਲੋ, ਕੀ ਹਾਲ ਚਾਲ? ਠੀਕ ਆ। ਆਹ ਕਿੱਧਰ ਕਰੇਨ ਚੱਕੀ ਫਿਰਦਾ ਨਾਲ ਜਹਾਜ਼ ਨੂੰ ਟੋਚਣ ਪਾਏਗਾ ਭਾਈ? ਹੈ ਜੀ, ਟਰੱਕ ਹੈ। ਓਕੇ, ਹੋਰ ਜੀ ਕਿਵੇਂ ਰਿਹਾ ਤੁਹਾਡਾ ਦਿਨ, ਕਿਵੇਂ ਲੰਘੇ? ਵਧੀਆ, ਚਲੋ ਸ਼ੁਕਰੀਆ। ਚਲੀਏ ਜੀ। ਚਲੋ ਜੀ, ਹੁਣ ਅਸੀਂ ਪਹੁੰਚਦੇ ਜੀ ਸਾਡੇ ਹੋਟਲ ਇੱਕ ਵਾਰ, ਤੇ ਫਿਰ ਕਰਦੇ ਹਾਂ ਉੱਥੇ ਵਲੌਗ ਦੀ ਸਮਾਪਤੀ। ਬਹਿ ਜਾਓ ਜੀ। ਨਹੀਂ ਐਂ ਕਰੋ, ਸਮਾਨ ਇੱਧਰ ਰੱਖੋ। ਨਾ ਨਾ, ਬਸ ਕੋਈ ਗੱਲ ਨੀ, ਇੱਕ ਇੱਕ ਬੈਗ ਹੀ ਹੈ ਹੁਣ ਤਾਂ। ਹਾਂਜੀ, ਇੱਕ ਇੱਕ ਬੈਗ ਹੀ ਹੈ, ਜ਼ਿਆਦਾ ਤਾਂ ਹੈ ਨੀ। ਖੁਸ਼ੀ ਹੈ, ਪਿੱਛੇ ਰੱਖ ਲਓ। ਹਾਂ, ਸਕਾਈ ਸਕਾਈ ਹੋਟਲ ਕਿੱਥੇ ਜੇ ਜੀ ਚ? ਅੱਛਾ, ਉਧਰਲੇ ਪਾਸੇ ਹੈ ਨਾ ਜੀ ਚ ਲੇ ਓਵਰ ਤੇ ਸਟੇ ਦਿੰਦੇ ਹੁੰਦੇ ਆ ਇਹ ਥੋਪੀ ਵਾਲੇ। ਬਹੁਤ ਵਧੀਆ 5 ਸਟਾਰ ਹੋਟਲ ਹੈ ਜੀ। ਲਵਾਂਗੇ ਕਦੇ ਨਾ ਕਦੇ, ਹੁਣ ਤਾਂ ਬਾਈ ਹੁਣੇ ਮਿਲ ਗਏ। ਅਸੀਂ ਹੋਟਲ ਪਹਿਲੇ ਦਿਨ ਆ ਕੇ ਲਿਆ ਸੀ ਨਾ ਇੱਥੇ, ਉਹ ਕਾਫੀ ਜ਼ਿਆਦਾ ਦੂਰ ਸੀਗਾ, ਏਅਰਪੋਰਟ ਤਾਂ ਆਉਣਾ ਜਾਣਾ ਵੀ ਔਖਾ ਸੀਗਾ। ਇਹ ਬਹੁਤ ਨੇੜੇ ਆ, ਬਾਈ ਹੁਣੇ ਨੇ ਜਿਹੜੇ ਇੱਥੇ ਰਹਿੰਦੇ ਉਹਨਾਂ ਨੇ ਸੁਜੈਸਟ ਕੀਤਾ ਸੀਗਾ, ਤੇ ਇੱਥੋਂ ਏਅਰਪੋਰਟ ਦਿਖਦਾ ਵੀ ਆ। ਉਹ ਸਾਹਮਣੇ ਵਾਲੇ ਪਾਸੇ ਏਅਰਪੋਰਟ ਹੈ, ਉਹ ਉੱਥੇ ਜਿੱਥੇ ਤੁਹਾਨੂੰ ਇਮਾਰਤਾਂ ਦਿਖ ਰਹੀਆਂ ਉੱਥੇ ਏਅਰਪੋਰਟ ਆ, ਬਸ ਇੰਨੀ ਕੁ ਦੂਰ ਆ। ਆ ਇੱਥੋਂ ਦੀ ਰਾਜਧਾਨੀ ਐਦੀਸ ਅਬਾਬਾ ਦਾ ਵਿਊ ਆ ਸਾਰਾ, ਇਹ ਸਾਡੇ ਹੋਟਲ ਦਾ ਇੱਥੇ ਆਲਾ ਦੁਆਲਾ ਹੈਗਾ। ਸੋ ਵਲੌਗ ਵੀ ਇੱਥੇ ਕਰਦੇ ਹਾਂ ਜੀ ਸਮਾਪਤ ਅੱਜ ਦਾ ਆਪਣਾ। ਤੁਸੀਂ ਇੰਤਜ਼ਾਰ ਕਰਿਓ ਹੁਣ ਨਵੇਂ ਐਪੀਸੋਡ ਦਾ, ਅਤੇ ਦੋ ਦਿਨ ਅਸੀਂ ਰਾਜਧਾਨੀ 'ਚ ਰਹਿਣਾ ਹੈਗਾ ਅਤੇ ਰੈਸਟ ਕਰਨੀ ਆ। ਉਦੋਂ ਬਾਅਦ 'ਚ ਅਸੀਂ ਬਹੁਤ ਇੱਕ ਖਤਰਨਾਕ ਜਿਹੀ ਜਗ੍ਹਾ 'ਤੇ ਚੱਲੇ ਹਾਂ ਜਿਹਨੂੰ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ਕਿਹਾ ਜਾਂਦਾ ਹੈਗਾ। 50-51 ਡਿਗਰੀ ਟੈਂਪਰੇਚਰ ਰਹਿੰਦਾ, ਅਤੇ ਇੱਥੋਂ ਜਿਹੜਾ ਇਜਿਪਟ ਵਾਲਾ ਪਾਸਾ ਇਹਦਾ ਨੌਰਥ ਵਾਲਾ ਪਾਸਾ ਇਥੋਪੀਆ ਦਾ ਮਿਸਰ ਦੇ ਬਾਰਡਰ ਵੱਲ ਨੂੰ ਉੱਧਰ ਨੂੰ ਜਾਵਾਂਗੇ, ਅਤੇ 4-5 ਦਿਨ ਦਾ ਆਪਣਾ ਉਹ ਟੂਰ ਹੋਊਗਾ, ਅਤੇ 5 ਕੁ ਵਲੌਗ ਤੁਹਾਡੇ ਕੋਲ, 5-6 ਵਲੌਗ ਤੁਹਾਡੇ ਕੋਲ ਇਸ ਸੀਰੀਜ਼ ਦੇ ਇਥੋਪੀਆ ਦੇ ਹੋਰ ਆਉਣਗੇ। ਉਸ ਤੋਂ ਬਾਅਦ ਜਿਹੜਾ ਆਪਣਾ ਨੈਕਸਟ ਟ੍ਰਿਪ ਆ ਉਹ ਸ਼ੁਰੂ ਹੋਣਾਗਾ। ਸੋ ਜੁੜੇ ਰਹਿਓ ਆਪਣੇ ਅਫਰੀਕਾ ਦੇ ਸਫ਼ਰ ਨਾਲ, ਮਿਲਦੇ ਹਾਂ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ। ਗੁੱਡ ਬਾਏ, ਸਤਿ ਸ਼੍ਰੀ ਅਕਾਲ, ਰੱਬ ਰਾਖਾ।